पंजाब च होया वड्डा एनकाउंटर, ट्रैप ला के पुलिस ने घेर ले गैंगस्टर, चलिया ताबड़ तोड़ गोलियां, तीन सुपारी किलर किते काबू। मोहाली दे विच देर रात वड्डा एनकाउंटर होया है, जिस दौरान पुलिस अते गैंगस्टरां दे विचाले वड्डा मुकाबला होया। जी हाँ, माजरी अधीन आउंदे पिंड खिजराबाद दे विच एनकाउंटर होया है। देर रात दीयां तस्वीरां तुसीं अपनी स्क्रीन ते वेख रहे हो, जिस दौरान तीन गैंगस्टरां नूं पुलिस दे वल्लों काबू कर लिया गया है। गैंगस्टरां दे गोली लगण दे कारण उह जख्मी होए ने, जिन्हां नूं मोहाली दे सिविल हस्पताल दे विच दाखल करवाया गया है। ਤਾਂ ਦੱਸ ਦਈਏ ਕਿ ਜਾਂਚ ਦੇ ਵਿੱਚ ਇਹ ਵੀ ਸਾਬਿਤ ਹੋਇਆ ਹੈ ਕਿ ਇਹ ਤਿੰਨੋਂ ਗੈਂਗਸਟਰ ਨੇ ਜਿਹੜੇ ਕਿ ਸੁਪਾਰੀ ਕਿਲਰ ਨੇ ਅਤੇ ਸੁਪਾਰੀ ਲੈ ਕੇ ਲੋਕਾਂ ਨੂੰ ਕਤਲ ਕਰਦੇ ਹਨ, ਲੋਕਾਂ ਨੂੰ ਮਾਰਨ ਦਾ ਕੰਮ ਕਰਦੇ ਹਨ। ਬੀਤੀ ਦਿਨੀ ਇਹਨਾਂ ਦੇ ਵੱਲੋਂ ਇੱਕ ਔਰਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਉਸਨੂੰ ਤਾਬੜਤੋੜ ਗੋਲੀਆਂ ਮਾਰ ਕੇ ਉਸੇ ਟਾਈਮ ਮੌਕੇ ਤੇ ਮਾਰ ਦਿੱਤਾ ਗਿਆ ਸੀ। ਤਾਂ ਇਹਨਾਂ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਅਤੇ ਜਾਂਚ ਕਰਦਿਆਂ ਹੋਇਆਂ ਉਹਨਾਂ ਨੂੰ ਸੂਚਨਾ ਮਿਲੀ ਕਿ ਇਹ ਖਿਜਰਾਬਾਦ ਪਿੰਡ ਦੇ ਵਿੱਚ ਕਿਤੇ ਦਿਖਾਈ ਦਿੱਤੇ ਨੇ। ਤਾਂ ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਵਿਚਾਲੇ ਤਕੜਾ ਮੁਕਾਬਲਾ ਹੋਇਆ, ਜਿਸ ਦੌਰਾਨ ਤਿੰਨੋਂ ਗੈਂਗਸਟਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਇਹਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਹਾਲੀ ਦੇ SSP ਸੰਦੀਪ ਗਰਗ ਨੇ ਇਸ ਮਾਮਲੇ ਬਾਬਤ ਕੀ ਦੱਸਿਆ, ਆਓ ਸੁਣਦੇ ਹਾਂ। ਇਹਦੇ ਵਿੱਚ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ, ਕੁਛ ਦਿਨ ਪਹਿਲਾਂ ਇੱਕ ਡੇਰਾ ਬੱਸੀ ਦੇ ਵਿੱਚ ਇੱਕ ਸ਼ੂਟਿੰਗ ਹੋਈ ਸੀ, ਜਿਹਦੇ ਵਿੱਚ ਇੱਕ ਲੇਡੀ ਦੇ ਉੱਤੇ ਦੋ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਗਏ ਸੀਗੇ ਅਤੇ ਉਹ ਇਮੀਡੀਏਟਲੀ ਉਹਨੂੰ PGI ਸ਼ਿਫਟ ਕਰਨ ਉੱਤੇ ਗਿਆ ਸੀ ਅਤੇ ਕੁਛ ਦਿਨ ਬਾਅਦ ਉਹ ਲੇਡੀ ਦੀ ਡੈਥ ਹੋ ਗਈ ਸੀਗੀ। ਅਤੇ ਇਸ ਕੇਸ ਨੂੰ ਟਰੇਸ ਕਰਦੇ ਹੋਏ ਸਾਡੀਆਂ ਜਿਹੜੀਆਂ ਵੱਖ ਵੱਖ ਟੀਮਾਂ ਸੀਗੀਆਂ, ਸਾਡੀਆਂ CA ਦੀ ਟੀਮਾਂ, ਸਪੈਸ਼ਲ ਸੈੱਲ ਦੀਆਂ ਟੀਮਾਂ ਅਤੇ ਥਾਣੇ ਦੀਆਂ ਜਿਹੜੀ ਟੀਮਾਂ ਸੀਗੀਆਂ ਅਸੀਂ ਬਣਾਤੀਆਂ ਅਤੇ ਉਹ ਟੀਮਾਂ ਜਿਹੜੀਆਂ ਸੀਗੀਆਂ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹ ਟਰੇਸ ਕਰ ਲਿਆ ਸੀਗਾ ਕਿ ਜਿਹੜਾ ਇਹ ਕੇਸ ਹੈ, ਇਹ ਜਿਹੜੇ ਡਿਸੀਜ਼ ਲੇਡੀ ਹੈ, ਜਿਹੜੇ ਮਰਨ ਵਾਲੀ ਲੇਡੀ ਨੇ, ਉਹਨਾਂ ਦੀ ਜਿਹੜੀ ਨੂੰਹ ਸੀ, ਨੂੰਹ ਦੇ ਮਾਮੇ ਨੇ ਕਰਾਇਆ ਸੀ ਕਿਉਂਕਿ ਉਹਨਾਂ ਦੇ ਫੈਮਿਲੀ 'ਚ ਡਿਸਪਿਊਟ ਚੱਲ ਰਿਹਾ ਸੀਗਾ। ਇਸ ਕੇਸ ਦੇ ਵਿੱਚ ਜਿਹੜੀ ਉਹ ਜਿਹੜਾ ਉਹਨਾਂ ਦਾ ਮਾਮਾ ਸੀ, ਕੀ ਨਾਮ, ਸੁਭਾਸ਼ ਨਾਮ ਦਾ ਜਿਹੜਾ ਬੰਦਾ ਸੀ, ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਅਤੇ ਗ੍ਰਿਫਤਾਰੀ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੋ ਬੰਦੇ, ਇੱਕ ਅਕਸ਼ੇ ਜਿਹੜਾ ਕਿ ਹਿਸਾਰ ਦਾ ਰਹਿਣ ਵਾਲਾ ਅਤੇ ਇੱਕ ਨਰੇਸ਼ ਕੁਮਾਰ ਜਿਹੜਾ ਕਿ ਜੀਂਦ ਦਾ ਰਹਿਣ ਵਾਲਾ, ਇਹ ਦੋਨਾਂ ਨੂੰ ਆਈਡੈਂਟੀਫਾਈ ਕੀਤਾ। ਇਹ ਜਿਹੜਾ ਇਹਨਾਂ ਦੋਨਾਂ ਨੂੰ ਕੰਟਰੈਕਟ ਦਿੱਤਾ ਗਿਆ ਸੀਗਾ ਜਿਹੜੀ ਇਹ ਲੇਡੀ ਨੂੰ ਮਾਰਨ ਦਾ, ਅਤੇ ਉਹ ਟਰੇਸ ਕਰਦੇ ਹੋਏ ਸਾਨੂੰ ਇਨਫੋਰਮੇਸ਼ਨ ਸੀਗੀ ਅੱਜ ਕਾਫੀ ਸਮੇਂ ਤੋਂ ਕਿ ਇਹ ਖਿਜ਼ਰਾਬਾਦ ਮਾਜਰੀ ਦੇ ਇਲਾਕੇ ਦੇ ਵਿੱਚ ਇਹ ਜਿਹੜੇ ਦੋ ਬੰਦੇ ਇਹਨਾਂ ਦੇ ਲੁਕੇ ਹੋਣ ਦੀ ਆਸ਼ੰਕਾ ਹੈ। ਅਤੇ ਸਾਡੀਆਂ ਟੀਮਾਂ ਕਾਫੀ ਦੇਰ ਤੋਂ ਸਰਚ ਕਰ ਰਹੀਆਂ ਸੀਗੀਆਂ ਇੱਥੇ, ਅਤੇ ਕਿ ਫਿਰ ਸਾਨੂੰ ਫਿਰ ਇਨਫੋਰਮੇਸ਼ਨ ਆਈ ਕਿ ਕਿਸੇ ਪੱਠੇ ਦੇ ਲਾਗੇ ਤਾਗੇ ਰੁਕੇ ਹੋਏ ਨੇ ਜਾਂ ਉੱਥੇ ਟੈਂਪਰੇਰੀ ਲੁਕੇ ਹੋਏ ਨੇ ਕਿਉਂਕਿ ਪੁਲਿਸ ਕਾਫੀ ਦੇਰ ਤੋਂ ਸਰਚ ਕਰ ਰਹੀ ਸੀ ਇਹਨਾਂ ਦੇ। ਤਾਂ ਡਿਊਰਿੰਗ ਜਦੋਂ ਸਾਡੀ ਜਿਹੜੀ ਸਪੈਸ਼ਲ ਸੈੱਲ ਦੀ ਟੀਮ ਹੈ ਇੱਧਰੋਂ ਆ ਰਹੀ ਸੀਗੀ ਗੱਡੀ 'ਤੇ, ਸਾਹਮਣੇ ਇੱਕ ਬੜੀ ਸਪੀਡ 'ਤੇ ਮੋਟਰਸਾਈਕਲ ਕਿਤੋਂ ਇੱਕ ਇੱਥੇ ਪੱਠੇ ਦੇ ਏਰੀਆ ਦੇ ਵਿੱਚੋਂ ਨਿਕਲ ਕੇ ਭੱਜਿਆ। ਜਦੋਂ ਉਹਨੂੰ ਰੋਕਣ ਵਾਸਤੇ ਜੋ ਗੱਡੀ ਅੱਗੇ ਲਗਾਏਗੀ ਤਾਂ ਉਹਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਅਤੇ ਜਵਾਬੀ ਫਾਇਰਿੰਗ ਦੌਰਾਨ ਜਿਹੜੀ ਸੀਗੀ ਪੁਲਿਸ ਪਾਰਟੀ ਵੱਲੋਂ ਵੀ ਜਿਹੜੇ ਸੀਗੇ ਫਾਇਰ ਕੀਤੇ ਗਏ ਸ਼ੋਟਸ। ਤਾਂ ਉਹ ਮੋਟਰਸਾਈਕਲ ਦੇ ਉੱਤੇ ਤਿੰਨ ਬੰਦੇ ਸੀਗੇ, ਜਿਹੜਾ ਤੀਜਾ ਬੰਦਾ ਹੈਗਾ ਇੱਕ ਸੁਨੀਲ ਕੁਮਾਰ ਨਾਮ ਦਾ ਬੰਦਾ ਜਿਹੜਾ ਕਿ ਹਿਸਾਰ ਦਾ ਹੀ ਰਹਿਣ ਵਾਲਾ ਆਈਡੈਂਟੀਫਾਈ ਹੋਇਆ, ਅਤੇ ਇਹਦਾ ਰੋਲ ਜਿਹੜਾ ਹੈਗਾ ਅਸੀਂ ਹਜੇ ਜਿਹੜੇ ਡੇਰੇ ਬੱਸੇ ਵਾਲੇ ਇੰਸੀਡੈਂਟ 'ਚ ਅਸੀਂ ਹਜੇ ਅਸੀਂ ਵੈਰੀਫਾਈ ਕਰਨਾ ਕਿ ਇਹਦਾ ਕੀ ਰੋਲ ਹੈ, ਕਿਉਂਕਿ ਦੋ ਬੰਦੇ ਤਾਂ ਇਹ 'ਚ ਵਾਂਟਡ ਹੀ ਸੀਗੇ, ਬਾਈ ਨੇਮ ਹੀ ਸੀ ਸਾਡੇ ਕੋਲ। ਅਤੇ ਇਹਨਾਂ ਦੇ ਡਿਊਰਿੰਗ ਜਿਹੜੀ ਇਹ ਮੁੱਠਭੇੜ ਜਿਹੜੀ ਹੈਗੀ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦੇ ਹੀ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹੈ, ਇੱਕ ਦੇ ਦੋ ਗੋਲੀਆਂ ਲੱਗੀਆਂ ਅਤੇ ਤੀਜੇ ਦੇ ਵੀ ਦੋ ਗੋਲੀਆਂ ਲੱਗੀਆਂ ਨੇ। ਅਤੇ ਇਸ ਤਿੰਨੇ ਇਮੀਜੀਏਟਲੀ ਹੋਸਪਿਟਲ ਸ਼ਿਫਟ ਕਰ ਦਿੱਤੇ ਗਏ ਨੇ ਅਤੇ ਸਾਰੇ ਜੇਰੇ ਇਲਾਜ ਨੇ। ਸਰ, ਕ੍ਰਿਮੀਨਲ ਹਿਸਟਰੀ ਇਹਨਾਂ ਦੀ ਕੀ ਹੈ ਹਜੇ ਤੱਕ ਸਾਹਮਣੇ ਆਇਆ? ਇਹ 'ਚ ਜਿਹੜਾ ਮੇਨ ਜਿਹੜਾ ਇਹਦੇ ਵਿੱਚ ਹੈਗਾ ਸ਼ੂਟਰ ਹੈ ਨਰੇਸ਼ ਕੁਮਾਰ ਹੈ, ਇਹਦੇ ਉੱਤੇ ਕਰੀਬ ਹਜੇ ਤੱਕ ਜੋ ਇਹਨੇ ਪੁੱਛਗਿੱਛ ਦੱਸਿਆ ਹੈ ਇਹ 'ਚ 12 ਤੋਂ 14 ਜਿਹੜੀ FIRs ਹੈ ਅਤੇ ਰਜਿਸਟਰਡ ਹੈ, ਸਾਰੀਆਂ ਹੀਨੀਅਸ ਕ੍ਰਾਈਮ ਦੀ FIRs ਅਤੇ ਸਾਰੀਆਂ 307-302 ਟਾਈਪ ਦੀਆਂ ਹੀ FIRs ਹੈ। ਜਿਹੜਾ ਇਹ ਅਕਸ਼ੇ ਹੈ ਇਹਦੇ ਉੱਤੇ ਟੋਟਲ ਮਿਲਾ ਕੇ 2 FIRs ਦੇ ਵਿੱਚ ਹਿਸਾਰ ਡਿਸਟ੍ਰਿਕਟ ਤੋਂ 307 ਦੀਆਂ 2 FIRs ਹੈ ਜਿਹਦੇ ਵਿੱਚ ਇਹ ਭਗੌੜਾ ਚੱਲਦਾ ਆ ਰਿਹਾ, ਇਹ ਤਾਂ ਅਸੀਂ ਸਾਰੀਆਂ ਚੈੱਕ ਕਰ ਲਿੱਤਾ ਸੀ ਰਿਕਾਰਡ। ਜਿਹੜਾ ਸੁਨੀਲ ਕੁਮਾਰ ਹੈ ਇਹਦਾ ਵੀ ਕ੍ਰਿਮੀਨਲ ਰਿਕਾਰਡ ਹੈ, ਪ੍ਰੀਲੀਮਿਨਰੀ ਦੱਸ ਰਿਹਾ ਕਿ ਇਹਦੀ ਵੀ FIRs ਹੈਗੀ ਹੈ, ਪਰ ਅਸੀਂ ਡਿਟੇਲ ਕਿਉਂਕਿ ਹੁਣ ਨਵੀਂ ਸਾਨੂੰ ਆਈਡੈਂਟੀਫਾਈ ਹੋਇਆ, ਡਿਟੇਲ ਹਜੇ ਅਸੀਂ ਪੁੱਛਗਿੱਛ ਤੋਂ ਲਿਆਵਾਂਗੇ ਸਾਹਮਣੇ। ਸਰ, ਇਹ ਪੂਰਾ ਖਾਲੀ ਏਰੀਆ ਇਹ ਕਿੱਥੇ ਲੁਕੇ ਹੋਈ ਸੀ, ਇੱਥੇ ਦਾ ਕੋਈ ਇਨਵੋਲਵ ਤਾਂ ਨਹੀਂ ਲੋਕਲ ਹਜੇ ਤੱਕ ਇਨਵੈਸਟੀਗੇਸ਼ਨ? ਇਹ ਸਾਰੀ ਚੀਜ਼ ਹਜੇ ਹੁਣ ਜਿਵੇਂ ਤੁਸੀਂ ਜਾਣਦੇ ਹੋ ਹੁਣ ਇੰਸੀਡੈਂਟ ਹੋਇਆ ਹੀ ਹੈ, ਅਜੇ ਤਾਂ ਸਾਨੂੰ ਕਾਫੀ ਟਾਈਮ ਤੋਂ ਇਨਫੋਰਮੇਸ਼ਨ ਸੀ ਕਿ ਇਸ ਇਲਾਕੇ 'ਤੇ ਨੇ ਸਾਡੀਆਂ ਇਸੇ ਕਰਕੇ ਪੁਲਿਸ ਪਾਰਟੀਜ਼ ਗਸ਼ਤ ਕਰ ਰਹੀਆਂ ਸੀ। ਜੇ ਇੱਥੇ ਲੋਕਲੀ ਇਹ ਤੋਂ ਲੰਘ ਰਹੇ ਸੀਗੇ ਜਾਂ ਹਿਮਾਚਲ ਵੱਲ ਨੂੰ ਭੱਜ ਰਹੇ ਸੀ ਜਾਂ ਹਿਮਾਚਲ ਤੋਂ ਆ ਰਹੇ ਸੀ ਕਿਉਂਕਿ ਇਹ ਨਾਲ ਹਿਮਾਚਲ ਦੇ ਨਾਲ ਲੱਗਦਾ ਏਰੀਆ, ਤਾਂ ਸਾਨੂੰ ਕਾਫੀ ਪੋਸੀਬਿਲਟੀ ਹੈ ਹਿਮਾਚਲ ਵੱਲ ਨੂੰ ਭੱਜ ਰਹੇ ਹੋਣ ਜਾਂ ਉਧਰੋਂ ਆ ਰਹੇ ਹੋਣ ਇਹ। ਤਾਂ ਜੇ ਲੋਕਲ ਵੀ ਕੋਈ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸੀਗੀ। ਕਿੰਨੀ ਕੁ ਦੇਰ ਤੋਂ ਰੇਖੀ ਕੀਤੀ ਜਾ ਰਹੀ ਸੀਗੀ ਉਸ ਇੰਸੀਡੈਂਟ ਦੇ ਵਿੱਚ? ਹਾਂਜੀ, ਨਹੀਂ ਉਹ ਤਾਂ ਜਿਹੜਾ ਰੈਕੀ ਦਾ ਇਹ 'ਚ ਪਹਿਲਾਂ ਹੀ ਪਲੈਨਡ ਵੇ ਸੀਗਾ,
लैंड वे कि घरों बाहर बैठे हैं तो इन्होंने कॉन्ट्रैक्ट किलिंग जो मैं दस्या उस हिसाब से की गई तो उस हिसाब से इंसीडेंट कराया गया। सर सीसीटीवी भी आई सी उसके सामने दो बाइक सवार आए थे, जो अक्षय से नरेश है यह उही दो बंदे ने जो बाइक से सवार होकर सीसीटीवी देखते हैं। ठीक है, ठीक सर, हम तक इन्वेस्टिगेशन कुछ हो रहा है, होर भी लोग ये शामिल ने क्योंकि क्या कि कॉन्ट्रैक्ट किलिंग सुभाष ने कराया इस देखो हम तक की इन्वेस्टिगेशन सू दो नाम ही सामने आए थे तो अक्षय से जोड़ा है ये नरेश कुमार जोड़ा तीसरे का रोल है वो असी हूँ जो क्योंकि हमने नवा सामने आया तो यदि ड्यूरिंग इन्वेस्टिगेशन इस केस की भी तो प्लस जो डेरा बसी वाला केस है उस भी ड्यूरिंग इन्वेस्टिगेशन सारा रोल जो है इन्होंने देखा। सर किसी गैंग नाल तो संबंधित अजे तक कुछ सामने अजे तक नहीं सामने आया क्योंकि काफ़ी दिन हो गए इस इंसीडेंट में तो साड़ी प्रिलिमिनरी पूछगिछ के किसी गैंग नाल संबंध सामने नहीं आया पर ये कॉन्ट्रैक्ट किलर से काफ़ी इन्होंने जी हीनस क्राइम की FIR सर किन्ने वैपन जो रिकवर किए गए कि इस दो वैपन इस टाइम के मौके तो जो है रिकवर किए हैं साड़ी फोरेंसिक टीम भी ऑलमोस्ट पहुंचन वाली है सारी डिटेल्ड एनालिसिस जी है शुरू कर देगी। दोनों तीह बोर्ड हैं सर, तीन दोनों तीह बोर्ड हैं, कुछ खाली केस भी सानू इतने मिले वो भी सारी असी सिक्योर करके रखे हुआ सीन जो है तो साड़ी फोरेंसिक टीम आएगी तो डिटेल जी है और भी असी ये निकलेंगे। तो किन्ने फायर हो अंदाजा ये अंदाजा जी उन्होंने वालों करीब चार पांच फायर जो हुए थे फिर साड़ी टीम वालों भी करीब सात आठ फायर जो हुए। ठीक है जी, थैंक यू। चढ़दी कला टाइम टीवी मोहाली तो हरदीप विर्क की रिपोर्ट।